ਮੇਰੀ ਪਹਿਚਾਣ ਇਸ ਤੋਂ ਪਹਿਲਾਂ ਵਾਰਨਿੰਗ ਫਿਲਮ ਕੀਤੀ ਹੈ, ਬੱਬਰ ਕੀਤੀ ਹੈ, ਸ਼ਿਕਾਰੀ 2 ਵੈਬ ਸੀਰੀਜ਼ ਕੀਤੀ ਹੈ, ਪੰਛੀ, ਜ਼ਿਲ੍ਹਾ ਸੰਗਰੂਰ। ਮੇਰੀ ਕੋਸ਼ਿਸ਼ ਹਰ ਪ੍ਰੋਜੈਕਟ 'ਚ ਇਹ ਰਹਿੰਦੀ ਹੈ ਕਿ ਮੈਂ ਲੁੱਕ ਨੂੰ ਲੈ ਕੇ ਅਤੇ ਆਪਣੇ ਅਦਾ ਦੇ ਤਰੀਕੇ ਨੂੰ ਲੈ ਕੇ ਕਰੈਕਟਰ ਨੂੰ ਚੇਂਜ ਕਰਕੇ ਕਰਨ ਦੀ ਕੋਸ਼ਿਸ਼ ਕਰਾਂ। ਅਤੇ ਮੈਨੂੰ ਲੱਗਦਾ ਮੈਂ ਹਰ ਪ੍ਰੋਜੈਕਟ 'ਚ, ਤੁਸੀਂ ਜੇ ਮੈਨੂੰ ਵੇਖੋਗੇ, ਸਾਰੇ ਪ੍ਰੋਜੈਕਟ ਜਿਨ੍ਹਾਂ ਦੇ ਨਾਮ ਲਏ ਆ, ਮੇਰੀ ਅਲੱਗ ਲੁੱਕ ਹੈ। ਕਹਿੰਦੇ ਜੇ ਤੂੰ ਵਧੀਆ ਨਾ ਦਿਖਿਆ ਨਾ, ਮੈਨੂੰ ਸਾਰਿਆਂ ਦੇ ਸਾਹਮਣੇ ਆ ਕੇ ਕਹਿ ਦੀ ਮੈਂ ਡਾਇਰੈਕਸ਼ਨ ਛੱਡ ਦਿੰਦਾ। ਜੇ ਤੁਸੀਂ ਸ਼ਿਕਾਰੀ 2 ਵੇਖਿਓ, ਉਹਦੇ 'ਚ ਡਿਸਕੋ ਕਰੈਕਟਰ ਹੈ, ਮੇਰਾ ਪਰਸਨਲੀ ਉੱਦਾਂ ਦਾ ਟੇਸਟ ਹੈ। ਮੈਨੂੰ ਇਹ ਲੱਗਦਾ ਮੈਂ ਓਵਰ ਦ ਓਵਰ ਐਨਰਜੈਟਿਕ ਕਰੈਕਟਰ ਮੈਂ ਬਹੁਤ ਵਧੀਆ ਕਰ ਸਕਦਾ। ਮੈਨੂੰ ਲੱਗਦਾ ਜੋ ਮੈਂ ਕਰ ਸਕਦਾ, ਮੈਨੂੰ ਲੱਗਦਾ ਕੋਈ ਨਹੀਂ ਕਰ ਸਕਦਾ ਉਹਦੇ 'ਚ। ਮੇਰੀ ਪਰਸੈਪਸ਼ਨ ਹੋ ਸਕਦੀ ਹੈ, ਪਰ ਮੈਨੂੰ ਇਹ ਲੱਗਦਾ ਕਿ ਮੈਂ ਉੱਦਾਂ ਦਾ ਕਰੈਕਟਰ ਕਰਕੇ ਵਿਖਾਊਂਗਾ ਜਿਹਦੀ ਐਨਰਜੀ ਕੋਈ ਮੈਚ ਨਹੀਂ ਕਰ ਸਕਦਾ। ਅਤੇ ਮੈਨੂੰ ਕਹਿੰਦੇ ਅਰੇ ਮੈਂ ਤੁਮੇ ਬੋਲ ਰਹਾ ਹੂੰ, ਤੁਮ ਥੀਏਟਰ ਕੰਟੀਨਿਊ ਕਰੋਗੇ? ਉਦੋਂ ਤੱਕ ਅਥਰੂ ਥੋੜ੍ਹਾ ਹੋਰ ਪਹਿਲੇ ਆ ਗਿਆ ਸੀ, ਮੈਂ ਜੱਫੀ ਫਾੜੀ ਸਰ ਨੂੰ, ਅਤੇ ਮੇਰੇ ਕੋਲ ਜਵਾਬ ਨਹੀਂ ਦਿੱਤਾ ਗਿਆ। ਮੇਰੇ ਲਈ ਉਹ ਜ਼ਿੰਦਗੀ ਦਾ ਪਹਿਲਾ ਮੂਮੈਂਟ ਸੀ। ਕਹਿੰਦੇ ਯਾਰ ਤੂੰ ਸੀਨਾ ਚੌੜਾ ਕਰਾਤਾ ਯਾਰ ਅੱਜ, ਮੈਂ ਕੀ ਹੋ ਗਿਆ? ਕਹਿੰਦੇ ਵੀ ਤੂੰ ਪਰਫੋਰਮੈਂਸ ਕਰ ਰਿਹਾ ਸੀਗਾ ਅਤੇ ਮੋਹਨ ਕੰਬੋਜ ਭਾਜੀ ਜੋ ਕਿ ਪੰਜਾਬੀ ਇੰਡਸਟਰੀ 'ਚ ਬਹੁਤ ਅੱਛਾ ਕੰਮ ਕਰ ਰਹੇ ਨੇ, ਅਤੇ ਕਹਿੰਦੇ ਉਹ ਕੋਲੇ ਖੜ੍ਹੇ ਕਹਿੰਦੇ ਸੀਗੇ ਕਿਸੇ ਦਾ ਚੰਗਾ ਚੰਡਿਆ ਹੋਇਆ। ਮੈਂ ਤੈਨੂੰ ਪਤਾ ਤੂੰ ਸ਼ਿੰਦੇ ਦੇ ਡੈਡੀ ਜੀ ਨੂੰ ਮਾਰਿਆ ਕਰਕੇ, ਮਤਲਬ ਜੋ ਵੀ ਉਹ ਪਰਫੋਰਮੈਂਸ ਸੀਗੀ ਉੱਥੇ, ਉਹਦੇ 'ਚ ਉਹ ਸੀਨ ਹੋਇਆ। ਕੈਮਰੇ ਫਰੰਟ 'ਤੇ ਜਾ ਕੇ ਮੈਂ ਬੋਲਦਾ, ਫਿਲਮ 'ਚ ਐਜ਼ ਇਟ ਇਜ਼ ਲੱਗਿਆ ਉੱਥੇ। ਉਹ ਸੀਨ ਦਾ ਕੱਟ ਹੋਣ ਤੋਂ ਬਾਅਦ ਅਮਰਵੀਰ ਆਇਆ, ਗਾਣਾ ਬੋਲਦਾ, ਘਰੇ ਬਹਿ ਕੇ ਮਾਰੀਆਂ ਨੀ ਮੱਲਾਂ ਜੱਫੀ ਵਾਲੇ ਮੈਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਪਲੱਸ ਟੀਵੀ। ਆਈ ਹੋਪ ਤੁਸੀਂ ਸਾਰੇ ਚੰਗੇ ਹੋਵੋਗੇ। ਅਤੇ ਫਿਲਮ ਦੇ ਇੱਕ ਟ੍ਰੇਲਰ ਲਾਂਚ 'ਤੇ ਕਹਿ ਲਓ ਜਾਂ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ, ਫੁਰਤੀਲਾ ਫਿਲਮ ਆ ਰਹੀ ਹੈ ਜੀ। ਜੱਸੀ ਗਿੱਲ ਜੀ ਦੇ ਜਿੰਨੇ ਵੀ ਫੈਨਸ ਨੇ, ਆਈ ਹੋਪ ਉਹਨਾਂ ਦੇ ਸਾਰੇ ਪ੍ਰੋਜੈਕਟਸ ਨੂੰ ਤੁਸੀਂ ਪਿਆਰ ਦਿੰਦੇ ਹੋ। 26 ਅਪ੍ਰੈਲ ਨੂੰ ਫਿਲਮ ਆ ਰਹੀ ਹੈ ਫੁਰਤੀਲਾ, ਟ੍ਰੇਲਰ ਰਿਲੀਜ਼ ਹੋ ਚੁੱਕਿਆ। ਜਿਨ੍ਹਾਂ ਨੇ ਹਜੇ ਤੱਕ ਜਾ ਕੇ ਨਹੀਂ ਦੇਖਿਆ, ਪਲੀਜ਼ ਜਾ ਕੇ ਯੂਟਿਊਬ 'ਤੇ ਪਹਿਲੇ ਟ੍ਰੇਲਰ ਦੇਖੋ। ਅਤੇ ਇੰਟਰਵਿਊ ਵੀ ਅਸੀਂ ਕਰਨੀ ਹੈ ਅੱਜ ਜੱਸੀ ਗਿੱਲ ਜੀ ਦਾ ਸਾਥ ਦਿੰਦੇ ਹੋਏ, ਸਟਾਰੀ ਸਟਾਰਕਾਸਟ ਨਾਲ ਮਿਲਵਾ ਰਹੇ ਹਾਂ ਤੁਹਾਨੂੰ। ਔਰ ਸਟਾਰਕਾਸਟ ਦੇ ਵਿੱਚੋਂ ਹੀ ਸਾਡੇ ਨਾਲ ਜੁੜ ਗਏ ਨੇ ਕਵੀ ਸਿੰਘ ਜੀ ਅਤੇ ਅਜੇ ਜੇਠੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਹੈ ਨਾ, ਗੋਲੀ ਤੋਂ ਬਚ ਗਈ ਮੈਂ? ਪਹਿਲੀ ਗੱਲ ਤਾਂ ਆਫਕੋਰਸ ਤੁਸੀਂ ਬਹੁਤ ਦੋਨੋਂ ਹੀ ਬਹੁਤ ਚੰਗੇ ਲੱਗ ਰਹੇ ਹੋ, ਐਂਡ ਫੁਰਤੀਲਾ ਲਈ ਤੁਹਾਨੂੰ ਦੋਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਐਂਡ ਆਈ ਥਿੰਕ ਇਹ ਆਪਣੀ ਫਸਟ ਇੰਟਰੈਕਸ਼ਨ ਹੈ ਇੰਟਰਵਿਊ ਦੇ ਜ਼ਰੀਏ, ਤਾਂ ਬਹੁਤ ਕੁਛ ਮੈਨੂੰ ਲੱਗਦਾ ਅੱਜ ਮੈਂ ਤੁਹਾਡੇ ਤੋਂ ਪੁੱਛਣ ਵਾਲੀ ਹਾਂ ਸਵਾਲ। ਸੋ ਅਜੇ ਜੀ, ਪਹਿਲਾ ਸਵਾਲ ਤਾਂ ਤੁਹਾਡੇ ਤੋਂ, ਪਲੀਜ਼ ਇਸ ਫਿਲਮ ਬਾਰੇ, ਇਸ ਪ੍ਰੋਜੈਕਟ ਬਾਰੇ ਕਿੱਦਾਂ ਦਾ ਕੈਰੇਕਟਰ ਹੈ, ਕੀ ਕੈਰੇਕਟਰ ਹੈ, ਕੀ ਕੰਮ ਹੈ, ਇਸ ਬਾਰੇ ਥੋੜ੍ਹਾ ਦੱਸੋ। ਦੇਖੋ, ਮੇਰਾ ਇਸ ਦੇ ਵਿੱਚ ਇੱਕ ਟੀਚਰ ਦਾ ਕਿਰਦਾਰ ਹੈਗਾ, ਉਸਦਾ ਨਾਮ ਹੈ ਬੁਲਟ ਮਾਸਟਰ, ਅਤੇ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਕੋਮੇਡੀ ਕਰਨ ਲੱਗਿਆਂਗਾ, ਮੈਨੂੰ ਅੱਜ ਤੱਕ ਕੋਮੇਡੀ ਕਿਰਦਾਰ ਕਦੇ ਮਿਲੇ ਨਹੀਂ ਕਰਨ ਨੂੰ। ਸੋ ਉਸਦੇ ਲਈ ਮੈਂ ਥੋੜ੍ਹਾ ਜਿਹਾ ਨਰਵਸ ਵੀ ਹਾਂ, ਮਤਲਬ ਟੈਂਸ ਵੀ ਹਾਂ ਵੀ ਪਤਾ ਨਹੀਂ ਕਿਸ ਤਰ੍ਹਾਂ ਦੀ ਪਰਫੋਰਮੈਂਸ ਆਈ ਹੋਊਗੀ, ਹੋਪ ਸੋ ਬਾਬਾ ਜੀ ਕਿਰਪਾ ਕਰਨਗੇ। ਅਤੇ ਫਿਲਮ ਜਿਸ ਤਰ੍ਹਾਂ ਤੁਸੀਂ ਟ੍ਰੇਲਰ ਦੇ ਵਿੱਚ ਦੇਖਿਆ ਹੈਗਾ, ਇੱਕ ਲਾਈਟ ਰੋਮੈਂਟਿਕ ਕੋਮੇਡੀ ਹੈ, ਇੱਕ ਐਸੇ ਇਨਸਾਨ ਦੀ ਕਹਾਣੀ ਹੈ ਜੋ ਕਿ ਦੇਖੋ ਆਪਣੀ ਸੋਸਾਇਟੀ ਦੇ ਵਿੱਚ ਬਹੁਤ ਤਰ੍ਹਾਂ ਦੇ ਇਨਸਾਨ ਹੁੰਦੇ ਨੇਗੇ, ਸੋ ਉਹਨਾਂ ਦੇ ਵਿੱਚੋਂ ਇੱਕ ਐਸੀ ਇਨਸਾਨ ਹੁੰਦੇ ਨੇ ਜੋ ਕਿ ਸਿੱਧੇ ਸਾਧੇ ਜਿਹੇ ਹੁੰਦੇ ਨੇਗੇ, ਹੈ ਨਾ, ਅਤੇ ਜੋ ਕਿ ਸੌਫਟ ਹੁੰਦੇ ਨੇਗੇ ਹਾਰਟ ਦੇ। ਸੋ ਉਹਨਾਂ ਉਸ ਇਨਸਾਨ ਦੇ ਪਿਆਰ ਦੀ ਕਹਾਣੀ ਹੈ। ਉਹਨਾਂ ਇਨਸਾਨਾਂ ਨੂੰ ਜ਼ਿਆਦਾਤਰ ਮੈਨੂੰ ਲੱਗਦਾ ਸ਼ਾਇਦ ਜੇ ਆਪਾਂ ਫੀਮੇਲ ਪਾਰਟ ਵੱਲੋਂ ਕਰੀਏ ਤਾਂ ਜ਼ਿਆਦਾਤਰ ਸ਼ਾਇਦ ਪਰਸਨਲੀ ਪਸੰਦ ਨਹੀਂ ਕੀਤਾ ਜਾਂਦਾ ਹੁੰਦਾ, ਹਾਂ, ਪਰ ਉਹਨਾਂ ਨੂੰ ਪਿਆਰ ਤਾਂ ਹੋ ਸਕਦਾ ਹੁੰਦਾ ਹੈਗਾ।
ਪਿਆਰ ਕਿਸੇ ਨੂੰ ਵੀ ਹੋ ਸਕਦਾ, ਪਿਆਰ ਖੂਬਸੂਰਤ ਚੀਜ਼ ਹੈ, ਖੂਬਸੂਰਤ ਚੀਜ਼ ਹੈ, ਸਭ ਤੋਂ ਖੂਬਸੂਰਤ ਚੀਜ਼ ਹੀ ਪਿਆਰ ਹੈ, ਉਹ ਅਹਿਸਾਸ ਹੀ ਬਹੁਤ ਖੂਬਸੂਰਤ ਹੈ, ਅਤੇ ਉਹ ਖੁਸ਼ਕਿਸਮਤ ਹੁੰਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ 'ਚ ਪਿਆਰ ਹੁੰਦਾ ਹੁੰਦਾ ਹੈਗਾ। ਸੋ ਉਸ ਇਨਸਾਨ ਦੀ ਕਹਾਣੀ ਹੈ ਜੋ ਕਿ ਇੱਕ ਸੌਫਟ ਹੈ, ਸਿੱਧਾ ਜਿਹਾ ਇਨਸਾਨ ਹੈਗਾ, ਸੋ ਉਸਨੂੰ ਇੱਕ ਕੁੜੀ ਨਾਲ ਪਿਆਰ ਹੈਗਾ, ਅਤੇ ਉਸ ਦੀ ਆਪਦੀ ਜੱਦੋ ਜਹਿਦ ਹੈ, ਅਤੇ ਉਸ ਦੇ ਵਿੱਚ ਬਾਈ ਦਾ ਵੀ ਇੱਕ ਬਹੁਤ ਸੋਹਣਾ ਖੂਬਸੂਰਤ ਕਿਰਦਾਰ ਹੈ, ਅਤੇ ਮੇਰਾ ਮਤਲਬ ਇਹ ਹੈਗਾ ਵੀ ਮੇਰੇ ਓਪੋਜ਼ਿਟ ਬਲਵਿੰਦਰ ਬੁਲਟ ਭਾਅ ਜੀ ਨੇਗੇ, ਉਹ ਫੋਕਸ ਮਾਸਟਰ ਨੇ, ਮੈਂ ਬੁਲਟ ਮਾਸਟਰ ਹਾਂ, ਅਤੇ ਸਾਡੇ ਦੋਨਾਂ ਦੇ ਵਿਚਾਲੇ ਇੱਕ ਮਾਸਟਰ ਨਹੀਂ ਫਸੀ ਹੋਈ ਹੈਗੀ, ਸੋ ਸਾਡੀ ਆਪਸ ਦੇ ਵਿੱਚ ਇਹ ਟੈਸ਼ਨ ਚੱਲਦੀ ਰਹਿੰਦੀ ਹੈਗੀ। ਸੋ ਕਵੀ ਸੇਮ ਕੁਐਸਚਨ ਤੁਹਾਡੇ ਤੋਂ, ਪਹਿਲਾਂ ਮਤਲਬ ਐਕਚੁਅਲੀ ਦਿਲੋਂ ਤੁਹਾਨੂੰ ਇਹ ਕੰਪਲੀਮੈਂਟ ਹੈ ਕਿ ਕਵੀ ਨਾਮ ਬਹੁਤ ਸੋਹਣਾ ਐਂਡ ਰੱਬ ਨੇ ਮੇਰੇ ਦਾ ਪਰਸਨੈਲਿਟੀ ਵੀ ਬਹੁਤ ਸੋਹਣੀ ਤੁਹਾਨੂੰ ਦਿੱਤੀ ਹੈ ਟੱਚਵੁੱਡ। ਸੋ ਮੈਨੂੰ ਤਾਂ ਪਹਿਲੇ ਆਪਣੇ ਨਾਮ ਬਾਰੇ ਦੱਸੋ ਕਿ ਕਵੀ ਲਾਈਕ ਕਿਹਨੇ ਦਿੱਤਾ ਹੈ ਤੁਹਾਨੂੰ ਇਹ ਨਾਮ, ਲਾਈਕ ਪੇਰੈਂਟਸ ਵੱਲੋਂ ਕਿਸੇ ਵੱਲੋਂ ਤੁਹਾਡਾ ਨਾਮ ਰੱਖਿਆ ਗਿਆ ਸੀਗਾ ਕਵੀ? ਇਟਸ ਅ ਬਿਊਟੀਫੁਲ ਨੇਮ। ਥੈਂਕ ਯੂ। ਮੇਰਾ ਪੂਰਾ ਨਾਮ ਵੈਸੇ ਕਵਲਜੀਤ ਸਿੰਘ ਹੈ। ਇੰਡਸਟਰੀ ਲਈ ਕਵੀ, ਬਸ ਆਪਣੇ ਆਪ ਹੀ ਸਿਰਜਣਾ ਹੋ ਗਈ। ਮੈਂ ਕਵਲਜੀਤ, ਪਤਾ ਨਹੀਂ ਉਸ ਟਾਈਮ 'ਤੇ ਮੈਨੂੰ ਇਹ ਲੱਗਦਾ ਸੀਗਾ ਕਿ ਨਾਮ ਯੂਨੀਕ ਹੋਣਾ ਚਾਹੀਦਾ, ਅਤੇ ਮੈਨੂੰ ਐਂ ਲੱਗਦਾ ਸੀ ਕਿ ਨਾਮ 'ਚ ਮੈਂ ਆਪਣੇ ਨਾਮ ਦੇ ਅੱਖਰ ਵੀ ਨਹੀਂ ਛੱਡ ਸਕਦਾ, ਅਤੇ ਆਪਣੇ ਕਵਲਜੀਤ ਨੂੰ ਸ਼ੋਰਟ ਕਰਕੇ ਮੈਂ ਕਵੀ ਕਰ ਲਿਆ। ਸੋ ਆਪਣੇ ਕਿਰਦਾਰ ਬਾਰੇ ਪਲੀਜ਼ ਦੱਸੋ ਕਿ ਕਿਸ ਤਰ੍ਹਾਂ ਦਾ ਕੈਰੈਕਟਰ, ਥੋੜ੍ਹਾ ਦਾ ਅਜੇ ਜੀ ਨੇ ਦੱਸਿਆ ਸਾਨੂੰ, ਅਤੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਟੋਟਲੀ, ਲਾਈਕ ਇਹਦੇ ਬਾਰੇ ਦੱਸੋ। ਮੇਰਾ ਇਹਦੇ 'ਚ ਕਾਲਜ ਸਟੂਡੈਂਟ ਦਾ ਕਿਰਦਾਰ ਹੈ, ਅਤੇ ਅਸੀਂ ਚਾਰ ਦੋਸਤ ਹਾਂ, ਜੱਸੀ ਗਲਵੀਰਾ, ਮੈਂ, ਗੁਰਦੀਪ ਬਨਾਲੀਆ ਅਤੇ ਹਨੀ ਮੱਟੂ, ਅਤੇ ਚਾਰਾਂ 'ਚੋਂ ਸਭ ਤੋਂ ਠਹਿਰਾਵ ਵਾਲਾ ਕਰੈਕਟਰ ਹੈ ਜਿਹੜਾ ਚੰਦੂ ਨਾਮ ਦਾ, ਉਹ ਮੇਰਾ। ਮਤਲਬ ਕਿ ਉਹਨਾਂ ਨੂੰ ਜਿਹੜਾ ਇੱਕ ਰਿਸਪੋਂਸੀਬਲ ਬੰਦਾ ਹੁੰਦਾ ਨਾ, ਜੇ ਕੁਛ ਇਰਰਿਸਪੋਂਸੀਬਲ ਬੰਦੇ, ਉਹਨਾਂ 'ਚ ਇੱਕ ਰਿਸਪੋਂਸੀਬਲ ਬੈਠਾ ਹੁੰਦਾ ਹੈ, ਕੋਈ ਮਜ਼ਾਕ ਕਰ ਰਿਹਾ, ਉਹਨੇ ਸੈਣੀ ਜੀ ਗੱਲ ਕਰ ਦੇਣੀ, ਉਹ ਨਹੀਂ ਯਾਰ ਆ ਨਹੀਂ, ਆ ਉਹ ਕੰਮ ਕਰਨਾ, ਚਲੋ ਆਪਾਂ ਜਾ ਕੇ ਉਹ ਕਰੀਏ, ਉਹ ਕਰੈਕਟਰ ਮੇਰਾ। ਅਤੇ ਐਕਸਪੀਰੀਅੰਸ ਬਹੁਤ ਵਧੀਆ ਰਿਹਾ, ਜੱਸੀ ਗਲਵੀਰੇ ਨਾਲ ਮੇਰਾ ਪਹਿਲਾ ਕੰਮ ਸੀ, ਔਰ ਬਹੁਤ ਕੋਆਪਰੇਟਿਵ ਆ ਵੀਰਾ, ਐਜ਼ ਅ ਹਿਊਮਨ ਬੀਂਗ ਤਾਂ ਬਹੁਤ ਵਧੀਆ, ਉਹ ਸਭ ਨੂੰ ਪਤਾ, ਪਰ ਐਜ਼ ਐਨ ਐਕਟਰ ਵੀ ਬਹੁਤ ਕੋਆਪਰੇਟਿਵ ਆ ਵੀਰਾ, ਬਹੁਤ ਮਜ਼ਾ ਆਇਆ, ਬਹੁਤ ਮਤਲਬ ਮੇਰਾ ਵੀ ਐਕਚੁਅਲ 'ਚ ਜਿਹੜਾ ਮੇਰਾ ਕਰੈਕਟਰ ਹੈ ਇਹ 'ਚ ਸਿਆਣਾ ਤਰ੍ਹਾਂ ਦਾ ਕਰੈਕਟਰ, ਜਿਹੜੀ ਮੇਰੀ ਫਿਲਮ ਜਰਨੀ ਰਹੀ ਉਹ 'ਚ ਮੇਰਾ ਵੀ ਇੱਕ ਪਹਿਲਾ ਕਰੈਕਟਰ ਹੈ। ਇਸ ਤੋਂ ਪਹਿਲਾਂ ਮੈਂ ਦੂਜੀਆਂ ਆਪਣੀਆਂ ਤਾੜ ਫਾੜ ਵਾਲੀਆਂ ਫਿਲਮਾਂ ਜਿਹੜੀਆਂ, ਗੋਲੀ ਮਾਰੀ ਜਾਂ ਗੋਲੀ ਖਾਲੀ, ਉੱਦਾਂ ਦੇ ਕਰੈਕਟਰ ਕੀਤੇ ਹੈ, ਅਤੇ ਮੇਰੇ ਲਈ ਵੀ ਅਲੱਗ ਐਕਸਪੀਰੀਅੰਸ ਹੈ। ਅਗਰ ਮੈਂ ਐਜ਼ ਐਨ ਐਕਟਰ ਤੁਹਾਨੂੰ ਪੁੱਛਾਂ ਕਿ ਤੁਸੀਂ ਕਿਹਾ ਕਿ ਅੱਜ ਤੋਂ ਪਹਿਲੇ ਜਾਂ ਤਾਂ ਗੋਲੀ ਖਾਧੀ ਹੈ ਜਾਂ ਮਾਰੀ ਹੈ, ਨਾਓ ਇਟਸ ਅ ਡਿਫਰੈਂਟ ਕੈਰੈਕਟਰ, ਹੈ ਨਾ, ਸੋ ਕਿਸ ਤਰੀਕੇ ਦੇ ਕਿਰਦਾਰ ਐਜ਼ ਐਨ ਐਕਟਰ ਭੁੱਖ ਹੈ ਕਿ ਜ਼ਿਆਦਾ ਮਿਲਣ, ਔਰ ਇੱਕ ਪਹਿਚਾਣ ਹੁੰਦੀ ਹੈ ਨਾ, ਇੱਕ ਹਰ ਇੱਕ ਐਕਟਰ ਦੀ ਪਹਿਚਾਣ ਹੁੰਦੀ ਹੈ, ਜਿਵੇਂ ਅਮਿਤਾਭ ਬੱਚਨ ਹੋਰਾਂ ਦੀ ਇੱਕ ਅਲੱਗ ਪਹਿਚਾਣ, ਹਰ ਇੱਕ ਐਕਟਰ ਦੀ ਇੱਕ ਪਹਿਚਾਣ ਹੁੰਦੀ ਹੈ ਕਿ ਇਹ ਵਾਲੇ ਕਿਰਦਾਰ ਜ਼ਿਆਦਾ ਵਧੀਆ ਕਰਦੇ ਨੇ, ਸੋ ਉਸ ਤਰੀਕੇ ਦਾ ਕੁਛ ਮਾਇੰਡ 'ਚ ਹੈਗਾ ਕਿ ਯਾਰ ਮੇਰੀ ਇੱਦਾਂ ਦੀ ਕੋਈ ਇੰਡਸਟਰੀ 'ਚ ਛਾਪ ਇੱਦਾਂ ਦੀ ਬਣੇ? ਮੈਨੂੰ ਇੱਦਾਂ ਦਾ ਤਾਂ ਕੁਛ ਨਹੀਂ ਆ, ਮੈਨੂੰ ਮੇਰੀ ਸਿਰਫ ਕੰਮ ਨੂੰ ਲੈ ਕੇ ਭੁੱਖ ਹੈ, ਔਰ ਮੈਂ ਹਰ ਤਰ੍ਹਾਂ ਦਾ ਕਿਰਦਾਰ ਜੀਣਾ ਚਾਹੁੰਦਾ। ਇਸ ਤੋਂ ਪਹਿਲਾਂ ਜੇ ਤੁਸੀਂ ਵੈਸੇ ਗੱਲ ਕਰੋ ਕਿ ਮੇਰੀ ਪਹਿਚਾਣ, ਇਸ ਤੋਂ ਪਹਿਲਾਂ ਵਾਰਨਿੰਗ ਫਿਲਮ ਕੀਤੀ ਹੈ, ਬੱਬਰ ਕੀਤੀ ਹੈ, ਸ਼ਿਕਾਰੀ 2 ਵੈਬ ਸੀਰੀਜ਼ ਕੀਤੀ ਹੈ, ਪੰਛੀ, ਜ਼ਿਲ੍ਹਾ ਸੰਗਰੂਰ, ਮੇਰੀ ਕੋਸ਼ਿਸ਼ ਹਰ ਪ੍ਰੋਜੈਕਟ 'ਚ ਇਹ ਰਹਿੰਦੀ ਹੈ ਕਿ ਮੈਂ ਲੁੱਕ ਨੂੰ ਲੈ ਕੇ ਅਤੇ ਆਪਣੇ ਅਦਾ ਦੇ ਤਰੀਕੇ ਨੂੰ ਲੈ ਕੇ ਕਰੈਕਟਰ ਨੂੰ ਚੇਂਜ ਕਰਕੇ ਕਰਨ ਦੀ ਕੋਸ਼ਿਸ਼ ਕਰਾਂ, ਅਤੇ ਮੈਨੂੰ ਲੱਗਦਾ ਮੈਂ ਹਰ ਪ੍ਰੋਜੈਕਟ 'ਚ, ਤੁਸੀਂ ਜੇ ਮੈਨੂੰ ਵੇਖੋਗੇ ਸਾਰੇ ਪ੍ਰੋਜੈਕਟ ਜਿਨ੍ਹਾਂ ਦੇ ਨਾਮ ਲਏ ਆ, ਮੇਰੀ ਅਲੱਗ ਲੁੱਕ ਹੈ, ਅਤੇ ਫੁਰਤੀਲਾ 'ਚ ਵੀ ਅਲੱਗ ਲੁੱਕ ਹੈ ਜੋ ਮੈਂ ਦੇਖ ਰਿਹਾ ਇੱਦਾਂ ਦੀ ਨਹੀਂ ਹੈ, ਅਤੇ ਜਿਹੜੇ ਅੱਗੇ ਮੇਰੇ ਹੋਰ ਵੀ 2-3 ਪ੍ਰੋਜੈਕਟ ਆ ਰਹੇ ਨੇ ਸਾਰਿਆਂ 'ਚ ਅਲੱਗ ਲੁੱਕ ਹੈ, ਅਤੇ ਮੇਰੀ ਕੋਸ਼ਿਸ਼ ਇਹੋ ਰਹਿੰਦੀ ਹੈ ਵੀ ਜਿਹੜਾ ਵੀ ਕਰੈਕਟਰ ਮੈਨੂੰ ਅਪਰੋਚ ਕੀਤਾ ਗਿਆ ਮੈਂ ਉਹ ਕਰੈਕਟਰ ਨੂੰ ਜੀਵਾਂ, ਪਰਟੀਕੁਲਰਲੀ ਮੈਂ ਕਿਵੇਂ ਦਾ ਕਰੈਕਟਰ ਕਰਨਾ ਚਾਹੁੰਦਾ ਇਹ ਮੇਰੀ ਕੋਈ ਚੋਇਸ ਨਹੀਂ ਹੈ। ਹਾਂ, ਮੈਨੂੰ ਜੇ ਤੁਸੀਂ ਸ਼ਿਕਾਰੀ 2 ਵੇਖਿਆ, ਉਹਦੇ 'ਚ ਡਿਸਕੋ ਕਰੈਕਟਰ ਆ, ਮੇਰਾ ਪਰਸਨਲੀ ਉੱਦਾਂ ਦਾ ਟੇਸਟ ਹੈ, ਮੈਨੂੰ ਇਹ ਲੱਗਦਾ ਮੈਂ ਓਵਰ ਦ ਯੂ ਨੋ ਓਵਰ ਐਨਰਜੈਟਿਕ ਕਰੈਕਟਰ ਮੈਂ ਬਹੁਤ ਵਧੀਆ ਕਰ ਸਕਦਾ, ਮੈਨੂੰ ਲੱਗਦਾ ਜੋ ਮੈਂ ਕਰ ਸਕਦਾ ਮੈਨੂੰ ਲੱਗਦਾ ਉਹ ਕੋਈ ਨਹੀਂ ਕਰ ਸਕਦਾ ਉਹਦੇ 'ਚ, ਮੇਰੀ ਪਰਸੈਪਸ਼ਨ ਹੋ ਸਕਦੀ ਹੈ, ਪਰ ਮੈਨੂੰ ਇਹ ਲੱਗਦਾ ਕਿ ਮੈਂ ਉੱਦਾਂ ਦਾ ਕਰੈਕਟਰ ਕਰਕੇ ਵਿਖਾਊਂਗਾ ਜਿਹਦੀ ਐਨਰਜੀ ਕੋਈ ਮੈਚ ਨਹੀਂ ਕਰ ਸਕਦਾ, ਉਹ ਇੱਕ ਚੋਇਸ ਆ।
ਪਰ ਕਰੈਕਟਰ ਮੈਂ ਸਾਰੇ ਕਰਨੇ ਚਾਹੁੰਦਾ। ਅੱਛਾ ਅਜੇ ਜੀ, ਹੁਣ ਅਫਕੋਰਸ ਬਾਬਾ ਜੀ ਨੇ ਮਿਹਰ ਕੀਤੀ ਹੈ, ਰੱਬ ਵੱਲੋਂ ਬਰਕਤ ਪੈ ਰਹੀ ਹੈ, ਕੰਮ ਆ ਰਿਹਾ, ਕੰਮ ਮਿਲ ਰਿਹਾ, ਕੋਈ ਇਹੋ ਜਿਹਾ ਮੂਮੈਂਟ ਲਾਈਫ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਇਸ ਜਰਨੀ ਦੇ ਦੌਰਾਨ ਹੋਇਆ ਕਿ ਕਿਸੇ ਵੀ ਤੁਹਾਡੇ ਸੀਨੀਅਰ ਆਰਟਿਸਟ ਨੇ ਜਾਂ ਕਿਸੇ ਵੀ ਚਾਹੁਣ ਵਾਲੇ ਨੇ ਤੁਹਾਨੂੰ ਕੋਈ ਇਹੋ ਜਿਹੀ ਗੱਲ ਕਹੀ ਹੋਵੇ ਤੁਹਾਡੀ ਕਲਾ ਦੀ ਤਾਰੀਫ ਕਰਦੇ ਹੋਏ ਜਾਂ ਤੁਹਾਨੂੰ ਤੁਹਾਡੀ ਪਰਸਨੈਲਿਟੀ ਦੀ ਤਾਰੀਫ ਕਰਦੇ ਹੋਏ ਜੋ ਅੱਜ ਵੀ ਤੁਸੀਂ ਸੋਚਦੇ ਹੋ ਤਾਂ ਲੱਗਦਾ ਕਿ ਯਾਰ ਵਾਹ, ਉਹ ਇੱਕ ਕੰਪਲੀਮੈਂਟ ਜਾਂ ਉਹ ਇੱਕ ਸਲਾਹ ਜਾਂ ਕੁਛ ਵੀ ਇਹੋ ਜਿਹੀ ਗੱਲ ਜਿਹੜੀ ਅੱਜ ਵੀ ਤੁਸੀਂ ਜਦੋਂ ਸਕੂਨ ਦਿੰਦੇ ਆ ਤੁਹਾਨੂੰ ਜਦੋਂ ਤੁਸੀਂ ਉਹਨੂੰ ਯਾਦ ਕਰਦੇ ਹੋ ਕਿ ਯਾਰ ਉਹ ਵਧੀਆ ਮੈਨੂੰ ਗੱਲ ਕਿਸੇ ਨੇ ਕਹੀ ਸੀਗੀ ਤਾਂ ਮੈਂ ਹਮੇਸ਼ਾ ਯਾਦ ਰੱਖਣੀ ਹੈ। ਮੈਨੂੰ ਬਹੁਤ ਡਰ ਸੀਗਾ ਸ਼ਿਕਾਰੀ ਦੀ ਆਊਟਪੁੱਟ ਤੋਂ। ਮੈਂ ਮਨੀਸ਼ ਭੱਟ ਭਾਅ ਜੀ ਨੂੰ ਹਰ ਰੋਜ਼ ਪੁੱਛਦਾ ਜੀ, ਭਾਅ ਜੀ ਠੀਕ ਹੋ ਰਿਹਾ ਯਾਰ? ਹਾਂ ਵਧੀਆ ਹੋ ਰਿਹਾ। ਅਤੇ ਮਨੀਸ਼ ਭੱਟ ਭਾਅ ਜੀ ਨੇ ਫਿਰ ਉਦੋਂ ਲਾਸਟ ਡੇ ਮੈਂ ਫਿਰ ਭਾਈ ਠੀਕ ਹੋ ਗਿਆ ਯਾਰ, ਉਹ ਕਹਿੰਦੇ ਜੇ ਤੂੰ ਵਧੀਆ ਨਾ ਦਿਖਿਆ ਨਾ ਮੈਨੂੰ ਸਾਰਿਆਂ ਦੇ ਸਾਹਮਣੇ ਆ ਕੇ ਕਹਿ ਦੀ ਮੈਂ ਡਾਇਰੈਕਸ਼ਨ ਛੱਡ ਦੂੰਗਾ। ਫਿਰ ਮੈਂ ਸਪੇਨ ਚਲਾ ਗਿਆ ਸ਼ੂਟ ਕਰਕੇ। ਜਦੋਂ ਐਡਿਟ ਹੋ ਕੇ ਤਿਆਰ ਹੋਈ ਤਾਂ ਫਿਰ ਮਨੀਸ਼ ਭੱਟ ਭਾਅ ਜੀ ਨੇ ਕਾਲ ਕੀਤੀ, ਕਹਿੰਦੇ ਬਸ ਆਉਣ ਵਾਲੀ ਹੈ ਦੇਖ ਲਈ, ਬਸ ਕਹਿੰਦੇ ਹੋਰ ਕੁਛ ਨਹੀਂ ਕਹਿੰਦਾ। ਮੈਨੂੰ ਉਸ ਦਿਨ ਕਿਉਂਕਿ ਸ਼ਿਕਾਰੀ ਬਹੁਤ ਮਤਲਬ ਇੱਕ ਰਾਤੋ ਰਾਤ ਤਿਆਰ ਕੀਤਾ ਹੋਇਆ ਕਿਰਦਾਰ ਸੀਗਾ ਮੇਰਾ, ਉਹ ਮੇਰੇ ਕੋਲ ਸਿਰਫ ਇੱਕ ਨਾਈਟ ਸੀਗੀ ਅਤੇ ਉਹ ਇੱਕ ਬਹੁਤ ਡਿਫਰੈਂਟ ਜਿਹੇ ਲੈਵਲ 'ਤੇ ਜਾ ਕੇ ਖੇਡਣ ਦੀ ਕੋਸ਼ਿਸ਼ ਕੀਤੀ ਅਤੇ ਮਨੀਸ਼ ਭੱਟ ਭਾਜੀ ਅਤੇ ਪ੍ਰਿੰਸ ਕਮਲਜੀਤ ਭਾਅ ਜੀ ਨੇ ਸੈੱਟ 'ਤੇ ਹੁੰਦੇ ਸੀ ਪ੍ਰਿੰਸ ਭਾਅ ਜੀ, ਉਹ ਬਹੁਤ ਮਿਹਨਤ ਨਾਲ ਤਿਆਰ ਕੀਤਾ ਸੀ। ਮੈਨੂੰ ਉਦੋਂ ਸੀਗਾ ਉਹ ਇੱਕ ਪਰਫੋਰਮੈਂਸ ਐਸੀ ਹੈਗੀ ਜੋ ਮੈਨੂੰ ਬਹੁਤ ਨੇੜੇ ਰਹੀ ਅਤੇ ਮਨੀਸ਼ ਭੱਟ ਭਾਜੀ ਨੇ ਬਹੁਤ ਬਹੁਤ ਤਾਰੀਫ ਕੀਤੀ ਸੀਗੀ, ਕਹਿੰਦੇ ਯਾਰ ਜਿਸ ਕੰਮ ਵਾਸਤੇ ਬੁਲਾਇਆ ਗਿਆ ਸੀ ਸਪੇਨ ਤੋਂ ਸਪੈਸ਼ਲ ਅਸੀਂ ਆਪਾਂ ਉਹ ਹਾਸਲ ਕਰ ਲਈ ਚੀਜ਼। ਅੱਛਾ ਕਵੀ, ਸੇਮ ਕੁਐਸਚਨ ਤੁਹਾਡੇ ਤੋਂ, ਬਿਕੋਜ਼ ਉਹਨਾਂ ਨੇ ਆਪਣਾ ਐਕਸਪੀਰੀਅੰਸ ਦੱਸਿਆ, ਇਟਸ ਅ ਵੰਡਰਫੁਲ ਐਕਸਪੀਰੀਅੰਸ, ਤੁਹਾਡੇ ਤੋਂ ਮੈਂ ਜ਼ਰੂਰ ਇਹ ਸੇਮ ਸਵਾਲ ਪੁੱਛਣਾ ਚਾਹੂੰਗੀ ਕਿ ਤੁਹਾਡੀ ਲਾਈਫ ਦੇ ਵਿੱਚ ਕਿਸੇ ਨੇ ਅਜਿਹਾ ਕੰਪਲੀਮੈਂਟ ਜਾਂ ਕੋਈ ਫੈਨ ਮੂਮੈਂਟ ਜਾਂ ਕਿਸੇ ਵੱਡੇ ਵਡੇਰੇ ਨੇ ਕੋਈ ਗੱਲ ਕਹੀ ਹੋਵੇ ਜਿਹੜੀ ਅੱਜ ਵੀ ਯਾਦ ਰਹਿੰਦੀ ਹੈ। ਮੈਂ ਡਰਾਮਾ ਸਕੂਲ MN ਥੀਏਟਰ ਕੀਤੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਅਤੇ ਰਾਜੀਵ ਗੌੜ ਸਰ ਸੀਗੇ ਸਾਡੀ ਐਨੂਅਲ ਪ੍ਰੋਡਕਸ਼ਨ ਸੀ ਉਹਨਾਂ ਨਾਲ ਫਸਟ ਈਅਰ ਦੇ ਵਿੱਚ। ਅੱਛਾ, ਇਸ ਤੋਂ ਪਹਿਲਾਂ ਮੈਂ ਐਕਚੁਲੀ ਕਾਮਰਸ ਬੈਕਗਰਾਊਂਡ ਤੋਂ ਮੈਂ CA ਕਰ ਰਿਹਾ ਸੀ MA ਥੀਏਟਰ ਕਰਨ ਤੋਂ ਪਹਿਲਾਂ। ਮੈਂ 6 ਸਾਲ 5.5-6 ਸਾਲ CA 'ਚ ਲਾ ਕੇ ਡਰੋਪ ਆਊਟ ਕਰਨ ਤੋਂ ਬਾਅਦ ਹੈ ਨਾ, ਮੈਂ ਯਾਰ ਪਿਛਲੇ ਸਾਲ ਦੀਆਂ ਰਿਟਰਨਾਂ ਭਰਨੀਆਂ ਨੇਗੀਆਂ, ਹੈਲਪ ਕਰਦੀ ਮਾੜੀ ਜੀ। ਠੀਕ ਹੈ ਯਾਰ, ਮਿੱਤਰ CA ਬਣ ਚੁੱਕੇ, ਮੈਂ ਫ੍ਰੀ ਕਰਵਾ ਦੂੰਗਾ ਹੋਰ ਦੱਸੋ। ਅਤੇ ਮਤਲਬ 5-6 ਸਾਲ CA ਨੂੰ ਦੇਣ ਤੋਂ ਬਾਅਦ MA ਥੀਏਟਰ 'ਚ ਦੁਬਾਰਾ ਐਡਮਿਸ਼ਨ ਲੈਣਾ ਆਪਣੇ ਆਪ ਸਟਰਗਲ ਸੀ ਇੱਕ, ਘਰਦਿਆਂ ਨੂੰ ਉਸ ਟਾਈਮ 'ਤੇ ਘਰਦੇ ਜਦੋਂ ਐਕਸਪੈਕਟ ਕਰ ਰਹੇ ਵੀ ਇਹਦਾ ਵਿਆਹ ਕਰ ਦੇਣਾ, ਇਹਨੇ CA ਬਣ ਜਾਣਾ, ਅਤੇ ਉਸ ਟਾਈਮ 'ਤੇ ਰਿਸ਼ਤੇ ਚਲੋ ਹੁਣ ਵੀ ਆ ਜਾਣਗੇ ਮੁੰਡਾ, ਤੇ ਲੋੜ ਨੀ ਪੈਣੀ ਜਾ ਕੇ ਪਤਾ ਕਰ ਲਓ ਕੌਣ ਹੈ। ਤੇ ਉਦੋਂ ਮਤਲਬ ਮੇਰੇ ਅੱਛਾ ਮੇਰੇ ਬੈਚਮੇਟਸ ਕੌਣ ਸੀ ਜਿਹਨਾਂ ਨੇ 6-6 ਸਾਲ ਮੰਡੀ ਹਾਊਸ ਥੀਏਟਰ ਕੀਤਾ, 5-5 ਸਾਲ ਥੀਏਟਰ ਕੀਤਾ, ਔਰ ਮੈਂ ਬਿਲਕੁਲ ਫਰੈਸ਼ਰ ਯੂਥ ਫੈਸਟੀਵਲ 2 ਸਾਲ ਕਰਨ ਤੋਂ ਬਾਅਦ ਮੈਂ ਛੱਡ ਕੇ ਉਸ ਤੋਂ ਬਾਅਦ CA ਤੋਂ ਬਾਅਦ ਫਿਰ ਆਇਆ। ਅਤੇ ਮੈਨੂੰ ਉਦੋਂ ਐਂ ਹੁੰਦਾ ਸੀ ਯਾਰ ਮੈਂ ਸਰਵਾਈਵ ਕਿਵੇਂ ਕਰੂੰਗਾ ਇਹਦੇ 'ਚ ਜੀ, ਅਤੇ ਰਾਜੀਵ ਗੌੜ ਸਰ ਦੇ ਨਾਲ ਅਸੀਂ 30 ਦਿਨ ਦੀ ਪ੍ਰੋਡਕਸ਼ਨ ਕੀਤੀ, ਬਾਕੀ ਇਤਿਹਾਸ ਪਲੇ ਕੀਤਾ, ਸੀਤਾ ਨਾਥ ਉਹਦੇ 'ਚ ਲੀਡ ਕਰਦਾਰ ਆ, ਉਹ ਕਰੈਕਟਰ ਮੈਂ ਪਲੇ ਕੀਤਾ ਸੀ ਉਹਦੇ 'ਚ ਫਸਟ ਈਅਰ 'ਚ। ਅਤੇ ਜਿੱਦਣ ਸਾਡੀ ਫੇਅਰਵੈਲ ਹੋ ਰਹੀ ਆ, ਸਰ ਨੇ ਜਾਣਾ ਅੱਜ ਪਲੇ ਦੇ ਸਾਰੇ ਸ਼ੋਅ ਹੋ ਗਏ, ਸਰ ਜਾ ਰਿਹਾ ਅਤੇ ਜਾਣ ਤੋਂ ਪਹਿਲਾਂ ਮੇਰੇ ਕੋਲ ਆ ਕੇ ਮੈਨੂੰ ਮੋਢਿਆਂ ਤੋਂ ਫੜ ਕੇ ਕਹਿੰਦੇ ਤੁਮ ਥੀਏਟਰ ਕੰਟੀਨਿਊ ਕਰੋਗੇ। ਉਹਨਾਂ ਨੇ ਇਹ ਕਿਹਾ, ਮੇਰੀ ਅੱਖ 'ਚ ਅੱਥਰੂ ਆ ਗਏ, ਪਤਾ ਨਹੀਂ ਸ਼ਾਇਦ ਕਿਤੇ ਨਾ ਕਿਤੇ ਮੈਂ ਸੁਣਨਾ ਚਾਹੁੰਦਾ ਸੀ, ਮੈਨੂੰ ਇਹ ਲੱਗ ਰਿਹਾ ਸੀ ਯਾਰ ਪਤਾ ਨਹੀਂ ਮੈਂ ਸਹੀ ਕਰ ਰਿਹਾ ਕਿ ਨਹੀਂ ਕਰ ਰਿਹਾ, ਮੇਰਾ ਆਪਣੇ ਆਪ ਨੂੰ ਸਵਾਲ ਹੁੰਦਾ ਸੀ। ਉਹ ਬੰਦੇ ਆ ਜਿਹੜੇ 6-6 ਸਾਲ ਤੋਂ ਥੀਏਟਰ ਕਰ ਰਹੇ ਆ ਜਾਂ ਜਿਨ੍ਹਾਂ ਨੇ ਬਹੁਤ ਤਿਆਰੀ ਕਰਕੇ MA ਥੀਏਟਰ 'ਚ ਐਡਮਿਸ਼ਨ ਲਿਆ,
ਤੇ ਮੈਨੂੰ ਕਹਿੰਦੇ ਅਰੇ ਮੈਂ ਤੁਮੇ ਬੋਲ ਰਿਹਾ ਹੂੰ, ਤੁਮ ਥੀਏਟਰ ਕੰਟੀਨਿਊ ਕਰੋਗੇ? ਤੇ ਉਦੋਂ ਤੱਕ ਅਥਰੂ ਥੋੜ੍ਹਾ ਹੋਰ ਥੱਲੇ ਆ ਗਏ ਸੀ ਮੈਂ ਜੱਫੀ ਪਾਲੀ ਸਰ ਨੂੰ, ਅਤੇ ਮੇਰੇ ਕੋਲ ਜਵਾਬ ਨਹੀਂ ਦਿੱਤਾ ਗਿਆ। ਮੇਰੇ ਲਈ ਉਹ ਜ਼ਿੰਦਗੀ ਦਾ ਪਹਿਲਾ ਮੂਮੈਂਟ ਸੀ। ਅਤੇ ਹਾਂ, ਪਹਿਲਾਂ ਮੇਰੇ ਨਾਲ ਵੀ ਇੱਕ ਐਕਸਪੀਰੀਅੰਸ ਸੀਗਾ ਵੀ ਯੂਥ ਫੈਸਟੀਵਲ ਖਾਲਸਾ ਕਾਲਜ ਪਟਿਆਲਾ, ਅਸੀਂ ਪਲੇ ਕਰ ਰਹੇ ਸੀ ਇੱਕ ਰਮਾਇਣ ਹੋਰ, ਬੀਨੂ ਭਾਅ ਜੀ ਅਤੇ ਰਾਣਾ ਭਾਅ ਜੀ ਨੇ ਡਾਇਰੈਕਟ ਕਰਾਇਆ ਸੀਗਾ। ਸਾਡੀ ਪਰਫੋਰਮੈਂਸ ਹੋ ਰਹੀ ਸੀ, ਇਹ ਗੱਲ ਮੈਨੂੰ ਸਾਡੇ ਸੀਨੀਅਰ ਆਰਟਿਸਟ ਨੇ ਪਟਿਆਲੇ ਦੇ ਗੁਲਸ਼ਨ ਪਾਂਡੇ ਭਾਅ ਜੀ, ਉਹਨਾਂ ਨੇ ਬਾਅਦ 'ਚੋਂ ਦੱਸੀ। ਉਦੋਂ ਬੈਕ ਸਟੇਜ ਉਹ ਖੜ੍ਹੇ ਸੀਗੇ ਕਿਤੇ, ਅਤੇ ਕਹਿੰਦੇ ਤੇਰੀ ਪਰਫੋਰਮੈਂਸ ਦੇਖਣ ਤੋਂ ਬਾਅਦ ਕਹਿੰਦੇ ਉਹਨਾਂ ਨੇ ਆ ਕੇ ਮਤਲਬ ਮੈਨੂੰ ਜੱਫੀ ਪਾਈ ਗੁਲਸ਼ਨ ਪਾਂਡੇ ਭਾਅ ਜੀ ਨੇ, ਜੋ ਸੁਣ ਰਹੇ ਹੋਵੋਗੇ ਭਾਅ ਜੀ ਤੁਹਾਨੂੰ ਯਾਦ ਹੋਊਗੀ ਗੱਲ, ਅਤੇ ਕਹਿੰਦੇ ਯਾਰ ਤੂੰ ਸੀਨਾ ਚੌੜਾ ਕਰਾਤਾ ਯਾਰ ਅੱਜ। ਮੈਂ ਕੀ ਹੋ ਗਿਆ? ਕਹਿੰਦੇ ਵੀ ਤੂੰ ਪਰਫੋਰਮੈਂਸ ਕਰ ਰਿਹਾ ਸੀਗਾ ਅਤੇ ਮੋਹਨ ਕੰਬੋਜ ਭਾਅ ਜੀ ਜੋ ਕਿ ਪੰਜਾਬੀ ਇੰਡਸਟਰੀ 'ਚ ਬਹੁਤ ਅੱਛਾ ਕੰਮ ਕਰ ਰਹੇ ਨੇਗੇ, ਅਤੇ ਕਹਿੰਦੇ ਉਹ ਕੋਲੇ ਖੜ੍ਹੇ ਕਹਿੰਦੇ ਸੀਗੇ ਕਿਸੇ ਦਾ ਚੰਗਾ ਚੰਡਿਆ ਹੋਇਆ, ਅਤੇ ਨਾਲ ਬੌਬੀ ਬਾਲੀਆ ਭਾਅ ਜੀ ਖੜ੍ਹੇ ਸੀਗੇ, ਕਹਿੰਦੇ ਵੀ ਰਜੇਸ਼ ਕਾ ਚੇਲਾ, ਕਹਿੰਦੇ ਸਾਡਾ ਸੀਨਾ ਚੌੜਾ ਹੋ ਗਿਆ ਵੀ ਯਾਰ ਗੁਰੂ ਜੀ ਕੀ ਤਾਰੀਫ ਹੋਈ ਹੈਗੀ। ਮੈਂ ਫਿਰ ਇਮੋਸ਼ਨਲ ਹੋ ਗਿਆ। ਹਾਏ, ਹੁੰਦੇ ਮੂਮੈਂਟਸ ਯਾਰ ਤੁਹਾਨੂੰ। ਫਿਲਮੀ ਸਫ਼ਰ ਦਾ ਮੈਂ ਇੱਕ ਹੋਰ ਮੂਮੈਂਟ ਦੱਸ ਦਿੰਦਾ। ਵਾਰਨਿੰਗ ਫਿਲਮ ਤੋਂ ਪਹਿਲਾਂ ਕੁਛ 4-5 ਫਿਲਮਾਂ ਕੀਤੀਆਂ ਮੈਂ, ਜਿਨ੍ਹਾਂ 'ਚ ਮੈਂ ਸਿਰਫ ਖੜ੍ਹਾ ਹੈ, ਮੇਰਾ ਕੋਈ ਡਾਇਲੋਗ ਨਹੀਂ ਹੈ, ਮੈਂ ਸਾਈਡ 'ਤੇ ਖੜ੍ਹਾ ਹਾਂ। ਔਰ ਮੇਰਾ ਆਪਣਾ ਹੀ ਉਹ ਸਟਰਗਲ ਬਹੁਤ ਰਿਹਾ ਕਿ ਮੈਂ ਇਹ ਕਹਿੰਦਾ ਯਾਰ ਮੈਨੂੰ ਬੋਲ ਲੈਣ ਦਿਉ, ਮੈਂ ਬੋਲ ਲੈਣਾ, ਮੈਨੂੰ ਇੱਕ ਡਾਇਲੋਗ ਦੇ ਦਿਉ। ਅਤੇ ਵਾਰਨਿੰਗ ਫਿਲਮ ਦਾ 2 ਕੁ ਦਿਨ ਦਾ ਸ਼ੂਟ ਹੋਇਆ, ਮਤਲਬ ਜਦੋਂ ਮੈਂ ਪਹਿਲੇ ਦਿਨ ਸ਼ੂਟ 'ਤੇ ਗਿਆ ਉਦੋਂ ਤੱਕ ਮੈਨੂੰ ਇਹ ਚੀਜ਼ ਸਮਝ ਆ ਗਈ ਵੀ ਜੇ ਅਸੀਂ 4 ਬੰਦੇ ਇੱਕ ਫਰੇਮ 'ਚ ਖੜ੍ਹੇ ਹਾਂ, ਮੈਂ ਉਹਦੇ 'ਚ ਅਲੱਗ ਦਿਖਣਾ ਪਹਿਲੀ ਗੱਲ, ਦੂਜਾ ਕਿਵੇਂ ਦੇਖਣਾ ਕਰੈਕਟਰ 'ਚ ਰਹਿੰਦੇ ਦੂਜੀ ਗੱਲ, ਉਦੋਂ ਤੱਕ ਇਹ ਚੀਜ਼ ਸਮਝ ਆ ਗਈ ਸੀ। ਤੋ ਕਿਤੇ ਨਾ ਕਿਤੇ 2 ਦਿਨ ਦੇ ਜਿਹੜੇ ਸੀਨ ਸੀ, ਧੀਰੇ ਵੀਰੇ ਨਾਲ ਸੀਨ ਸੀਗੇ ਸ਼ਿੰਦਾ, ਜਦੋਂ ਸੈਂਟਰ 'ਚ ਵਾਕ ਕਰਦਾ ਜਾ ਰਿਹਾ, ਮੈਂ ਸਾਈਡ 'ਤੇ ਤੁਰਦਾ ਹੁੰਦਾ, ਕਦੀ ਮੇਰੇ ਗੰਨ ਹੀ ਹੁੰਦੀ ਸੀ, ਕਦੀ ਮੈਂ ਜਾਂ ਉਹਨੂੰ ਐਂ ਤਾਂ ਚੁੱਕ ਲੈਣਾ 4 ਬੰਦੇ, ਕਦੀ ਮੈਂ ਹੱਥ ਪਿੱਛੇ ਕਰ ਲੈਣੇ, ਕਦੀ ਅੱਗੇ ਕਰ ਲੈਣੇ, ਜੇ ਬੇਸਿਕਲੀ ਸਾਰੇ ਸਿੱਧੇ ਚੱਲ ਰਹੇ ਆ, ਮੈਂ ਉਹਨਾਂ ਤੋਂ ਅਲੱਗ ਕੁਛ ਕਰਨ ਦੀ ਕੋਸ਼ਿਸ਼ ਕਰਦਾ ਸੀ। 2 ਕੁ ਦਿਨ ਇਹ ਕਰਨ ਤੋਂ ਬਾਅਦ ਪ੍ਰਿੰਸ ਭਾਅ ਜੀ ਸੈੱਟ 'ਤੇ ਮੌਜੂਦ ਹੁੰਦੇ ਸੀ, ਪ੍ਰਿੰਸ ਭਾਅ ਜੀ ਦੀ ਸਟੋਰੀ ਲਿਖੀ ਹੋਈ ਹੈ, ਪ੍ਰਿੰਸ ਭਾਅ ਜੀ ਦੇ ਸਕਰੀਨ ਪਲੇ ਡਾਇਲੋਗ ਪ੍ਰਿੰਸ ਭਾਅ ਜੀ ਦੇ ਲਿਖੇ ਨੇ ਉਹਦੇ 'ਚ। ਅਤੇ 3ਜੇ ਦਿਨ ਮੈਨੂੰ ਅਮਰ ਵੀਰਾ ਕਹਿੰਦਾ ਵੀ ਤੇਰੇ ਲਈ ਇੱਕ ਸੀਨ ਲਿਖਿਆ ਤੂੰ ਕਰਨਾ। ਮੈਂ ਕਿਹਾ ਅੱਛਾ, ਪਤਾ ਨਹੀਂ ਉਹ ਸੈੱਟ 'ਤੇ ਨੋਟਿਸ ਕਰਦੇ ਰਹੇ ਹੋਣਗੇ ਜਿਹੜੇ ਤਰੀਕੇ ਨਾਲ। ਅਤੇ ਉਹ ਸੀਨ ਸੀਗਾ ਹੋਸਪਿਟਲ 'ਚ ਜਦੋਂ ਪੰਮਾ ਲੰਮੇ ਪਿਆ ਹੋਇਆ ਅਤੇ ਸ਼ਿੰਦਾ ਅਤੇ ਉਹਦੇ ਨਾਲ 3-4 ਬੰਦੇ ਜਾ ਕੇ ਉਹਨੂੰ ਪੁੱਛਦੇ ਆ, ਉਹ ਕਹਿੰਦਾ ਸ਼ਿੰਦਾ ਮੈਨੂੰ ਕਹਿੰਦਾ ਵੀ ਦੱਸ ਇਹਨੂੰ ਇਹਨੇ ਕੀ ਕੀਤਾ। ਅਤੇ ਮੈਂ ਉਹ ਜਾ ਕੇ ਪਰਫੋਰਮ ਕਰਨਾ ਹੁੰਦਾ ਉਹਨੂੰ ਭਾਈ ਨੂੰ ਜਾ ਕੇ ਵੀ ਪੰਮੇ ਤੈਨੂੰ ਪਤਾ ਤੂੰ ਸ਼ਿੰਦੇ ਦੇ ਡੈਡੀ ਜੀ ਨੂੰ ਮਾਰਿਆ ਕਰਕੇ, ਮਤਲਬ ਜੋ ਵੀ ਉਹ ਪਰਫੋਰਮੈਂਸ ਸੀਗੀ ਉੱਥੇ ਉਹਦੇ 'ਚ ਉਹ ਸੀਨ ਹੋਇਆ। ਕੈਮਰੇ ਫਰੰਟ 'ਤੇ ਜਾ ਕੇ ਮੈਂ ਬੋਲਦਾ ਫਿਲਮ 'ਚ ਐਜ਼ ਇਟ ਇਜ਼ ਲੱਗਿਆ ਉੱਥੇ। ਉਹ ਸੀਨ ਦਾ ਕੱਟ ਹੋਣ ਤੋਂ ਬਾਅਦ ਅਮਰ ਵੀਰਾ ਆਇਆ, ਗਾਣਾ ਬੋਲਦਾ ਘਰੇ ਬਹਿ ਕੇ ਮਾਰੀਆਂ ਨੀ ਮੱਲਾਂ ਜੱਫੀ ਵਾਲੀ ਮੈਨੂੰ, ਅਤੇ ਕਹਿੰਦਾ ਬਹੁਤ ਸੋਹਣਾ। ਉਸ ਤੋਂ ਬਾਅਦ ਮੇਰਾ ਕਰੈਕਟਰ ਉਹਦੇ 'ਚ ਲਿਖਿਆ ਗਿਆ। ਉਸ ਤੋਂ ਪਹਿਲਾਂ ਮੈਂ ਸਾਈਡ 'ਤੇ ਖੜਾ ਸੀ ਉਸ ਫਿਲਮ 'ਚ ਵੀ। ਅੱਛਾ, ਆਪਾਂ ਫੁਰਤੀਲਾ ਦੀ ਤਾਂ ਗੱਲ ਕਰ ਰਹੇ ਹਾਂ, ਆਫਕੋਰਸ ਤੁਹਾਡੇ ਕੋਲ ਮਤਲਬ ਬਹੁਤ ਟਾਈਮ ਘੱਟ ਸੀਗਾ, ਥੈਂਕ ਯੂ ਸੋ ਮਚ ਤੁਸੀਂ ਰੁਕ ਗਏ ਸਾਡੇ ਨਾਲ ਗੱਲਬਾਤ ਕਰਨ ਲਈ। ਬਸ ਆਖਰੀ 1-2 ਸਵਾਲ ਹੋਣਗੇ ਤੁਹਾਨੂੰ, ਮੈਂ ਕਿਹਾ ਹੌਸਲਾ ਦੇ ਦਾਂ ਵੀ ਬਸ ਆਖਰੀ 1-2 ਸਵਾਲ ਹੀ ਕਰਦੇ। ਕਹਿੰਦੇ ਵੀ ਮੁੰਡਾ ਆਪਦੀ ਮਾਂ ਨਾਲ ਜਾ ਰਿਹਾ ਸੀਗਾ ਤੇ ਉਹਨੇ ਕਿਹਾ ਬੇਬੇ ਕਿੰਨਾ ਕਰਾਇਆ? ਕਹਿੰਦੀ ਬਸ ਆਹ ਮੋੜ ਮੁੜ ਕੇ ਆ ਗਿਆ। ਨਹੀਂ ਪੱਕਾ ਆਖਰੀ 1 ਕਰਦੇ ਕਰਦੇ ਉਹਨੂੰ 4 ਮਿੰਟ ਪਾ ਕੇ ਲੈ ਗਈ ਆ। ਨਹੀਂ ਅੱਛਾ, ਸੋ ਵੀ ਵਰ ਟਾਕਿੰਗ ਅਬਾਊਟ ਫੁਰਤੀਲਾ ਦੀ ਤਾਂ ਆਪਾਂ ਗੱਲ ਕਰ ਰਹੇ ਹਾਂ, ਲੇਕਿਨ ਜਿਵੇਂ ਤੁਸੀਂ ਵਾਰਨਿੰਗ ਦੀ ਬਾਰ ਬਾਰ ਗੱਲ ਕਰ ਰਹੇ ਹੋ, ਜ਼ਿਕਰ ਕਰ ਰਹੇ ਹੋ, ਐਂਡ ਜੱਸੀ ਗਿੱਲ ਸਰ ਹੋ ਗਏ ਜਾਂ ਗਿੱਪੀ ਸਰ ਹੋ ਗਏ, ਆਪਣੇ ਆਪ ਦੇ ਵਿੱਚ ਸਾਡੀ ਇੰਡਸਟਰੀ ਦੇ ਤਰੀਕੇ ਨਾਲ ਹੁਣ ਥੰਬ ਬਣ ਗਏ ਨੇ, ਹੈ ਨਾ? ਇੰਡਸਟਰੀ ਇਹਨਾਂ ਦੇ ਨਾਲ ਹੀ ਚੱਲ ਰਹੀ ਹੈ ਔਰ ਇਹਨਾਂ ਕਰਕੇ ਹੀ ਬਾਕੀਆਂ ਨਾਲ ਵੀ ਬਹੁਤ ਸੋਹਣਾ ਕੰਮ ਹੋ ਰਿਹਾ ਸਾਰਿਆਂ ਦਾ। ਵਾਰਨਿੰਗ ਦੇ ਵਿੱਚ ਵੀ ਕਿੰਨੇ ਥੀਏਟਰ ਆਰਟਿਸਟ ਔਰ ਗਿੱਪੀ ਜੀ ਦੀਆਂ ਹੋਰ ਵੀ ਕਈ ਫਿਲਮਾਂ ਦੇ ਵਿੱਚ ਕਿੰਨੇ ਥੀਏਟਰ ਆਰਟਿਸਟ ਨੂੰ ਕੰਮ ਮਿਲਦਾ, ਸੋ ਪਰਸਨਲੀ ਵਾਰਨਿੰਗ ਕੀ ਅਹਿਮੀਅਤ ਰੱਖਦੀ ਹੈ ਤੁਹਾਡੇ ਲਈ, ਐਂਡ ਗਿੱਪੀ ਸਰ ਹੰਬਲ ਮੋਸ਼ਨ ਪਿਕਚਰਸ ਇਹ ਕੀ ਮਾਇਨੇ ਰੱਖਦੇ ਨੇ?
ਮੇਰੇ ਲਈ ਤਾਂ ਜੇ ਤੁਸੀਂ ਮੈਨੂੰ ਪੁੱਛੋ ਕਿ ਮੇਰਾ ਕਰੀਅਰ ਕਿੱਥੋਂ ਤੁਰਿਆ ਕਿੱਥੋਂ ਬਣਿਆ ਅਤੇ ਉਹ ਵਾਰਨਿੰਗ ਫਿਲਮ ਹੈ, ਹੰਬਲ ਮੋਸ਼ਨ ਪਿਕਚਰ ਨੇ ਜਿਹੜੀ ਬਣਾਈ ਹੈ, ਅਮਰਵੀਰ ਨੇ ਡਾਇਰੈਕਟ ਕੀਤੀ ਹੈ, ਪ੍ਰਿੰਸ ਭਾਜੀ ਦੇ ਡਾਇਲੋਗ ਲਿਖੇ ਨੇ। ਕਿਉਂਕਿ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ 4-5 ਫਿਲਮਾਂ 'ਚ ਮੈਨੂੰ ਕੋਈ ਡਾਇਲੋਗ ਹੀ ਨਹੀਂ ਬੋਲਣ ਦੇ ਰਿਹਾ ਸੀ, ਔਰ ਉੱਥੇ ਮੈਨੂੰ ਸਪੇਸ ਮਿਲੀ ਕੁਛ ਕਰਨ ਦੀ, ਕੁਛ ਲਿਖਿਆ ਗਿਆ ਮੇਰੇ ਲਈ ਔਰ ਕਰੈਕਟਰ ਚੱਲਿਆ, ਔਰ ਉਸ ਤੋਂ ਬਾਅਦ ਹੀ ਜਿੰਨਾ ਮੇਰਾ ਕੰਮ ਬਣਿਆ ਉਹਦੀ ਰੈਫਰੈਂਸ 'ਤੇ ਹੀ ਬਣਿਆ ਆਟੋਮੈਟਿਕਲੀ। ਸੋ ਮੇਰੇ ਲਈ ਬਹੁਤ ਅਹਿਮ ਭੂਮਿਕਾ ਹੈ ਵਾਰਨਿੰਗ ਫਿਲਮ ਦੀ ਮੇਰੇ ਕਰੀਅਰ ਲਈ। ਅੱਛਾ ਅਜੇ ਜੀ, ਆਖਰੀ ਸਵਾਲ ਕਿ ਥੀਏਟਰ ਆਰ, ਬਿਕੋਜ਼ ਅੱਜ ਕੱਲ੍ਹ ਐਕਟਿੰਗ ਦੇ ਵਿੱਚ ਵੀ, ਈਵਨ ਐਕਟਿੰਗ ਹੀ ਕਿਉਂ, ਹਰ ਚੀਜ਼ 'ਚ, ਕਿਉਂਕਿ ਪਾਪੂਲੇਸ਼ਨ ਇੰਨੀ ਵੱਧ ਚੁੱਕੀ ਹੈ, ਕੰਪੀਟੀਸ਼ਨ ਬਹੁਤ ਜ਼ਿਆਦਾ ਹੈ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਐਂਡ ਅਕਸਰ ਅਸੀਂ ਸਿੰਗਰਸ ਦੇ ਨਾਲ ਵੀ ਜਦੋਂ ਗੱਲ ਕਰਦੇ ਹਾਂ ਇਹੀ ਗੱਲ ਹੁੰਦੀ ਹੈ ਕਿ ਅੱਜ ਕੱਲ੍ਹ ਗਾਣਿਆਂ ਦੀ ਓਨੀ ਲੰਬੀਆਂ ਉਮਰਾਂ ਨਹੀਂ ਰਹੀਆਂ, ਹੈ ਨਾ, ਪ੍ਰੋਜੈਕਟਸ ਆਉਂਦੇ ਆ ਜਾਂਦੇ ਆ, ਰੀਲ ਵੀ, ਮਤਲਬ 15 ਸੈਕਿੰਡ ਦੀ ਰੀਲ ਦੇਖਣ ਦੀ ਇੰਨੀ ਇੱਕ ਆਦਤ ਪੈ ਗਈ ਹੈ ਕਿ ਵੀਡੀਓ ਵੀ ਫਿਲਮ ਵੀ ਛੋਟੀ ਤੋਂ ਛੋਟੀ ਚਾਹੀਦੀ ਹੈ ਨਾ। ਸੋ ਕੰਪੀਟੀਸ਼ਨ ਇੰਨਾ ਵੱਧ ਗਿਆ ਥੀਏਟਰ, ਕਿਉਂਕਿ ਇਨਫਲੂਐਂਸਰਸ ਆ ਗਏ ਨੇ, ਹੈ ਨਾ, ਹਰ ਕੋਈ ਆਪਣੇ ਆਪ ਨੂੰ ਆਰਟਿਸਟ ਸਮਝ ਰਿਹਾ, ਉਹ ਸਿੱਖਣ ਦੀ ਜਿਹੜੀ ਚਾਹ ਹੁੰਦੀ ਸੀਗੀ ਉਹ ਵੀ ਕਿਤੇ ਨਾ ਕਿਤੇ ਅਧੂਰੀ ਸਭ ਦੇ ਵਿੱਚ ਹੈਗੀ ਹੈ। ਅਤੇ ਥੀਏਟਰ ਕਿੰਨਾ ਕੁ ਜ਼ਰੂਰੀ ਹੈ, ਅਗਰ ਤੁਸੀਂ ਐਕਟਰ, ਇੱਕ ਚੰਗੇ ਐਕਟਰ ਬਣਨਾ, ਨਿਖਰ ਕੇ ਆਉਣਾ ਹੈ, ਤਾਂ ਥੀਏਟਰ ਕੀ ਮਾਇਨੇ ਰੱਖਦਾ ਇੱਕ ਐਕਟ, ਕਿਉਂਕਿ ਤੁਸੀਂ ਥੀਏਟਰ ਆਰਟਿਸਟ ਹੋ, ਕਿੰਨਾ ਕੁ ਜ਼ਰੂਰੀ ਹੈ? ਬਿਕੋਜ਼ ਅੱਜ ਕੱਲ੍ਹ ਮੈਨੂੰ ਨਹੀਂ ਲੱਗਦਾ ਕਿ ਇਸ 'ਚ ਇੰਨੇ ਪੇਸ਼ੈਂਸ ਹੈਗੇ, ਕਿਉਂਕਿ ਜਾ ਕੇ ਉਹ ਜਿਵੇਂ ਕਹਿ ਰਹੇ ਗੁਰੂ ਜੀ ਤੋਂ ਕਈ ਵਾਰੀ ਮਾਰ ਵੀ ਪੈ ਜਾਂਦੀ ਹੈ ਨਾ, ਮੈਂ ਵੀ ਯੂਥ 'ਚ ਕਿਤੇ ਡੰਡੇ ਵੀ ਪੈ ਜਾਂਦੇ ਆ, ਹੈ ਨਾ, ਬਿਲਕੁਲ ਪਏ ਪੈਂਦੇ ਹੈ, ਪਏ ਵੀ ਹੈ, ਜਿਵੇਂ ਤੁਸੀਂ ਕਿਹਾ ਅੱਜ ਕੱਲ੍ਹ ਐਕਚੁਲੀ ਇਹ ਹੋਰ ਤਰ੍ਹਾਂ ਦਾ ਜ਼ਮਾਨਾ ਹੈਗਾ ਵੀ, ਮਤਲਬ 4 ਰੀਲਾਂ ਪਾਈਆਂ ਅਤੇ ਉਹ ਇੰਸਟਾਗ੍ਰਾਮ 'ਤੇ ਹਿੱਟ ਜੀਆਂ ਹੋ ਗਈਆਂ, ਤੁਹਾਡੇ ਫੋਲੋਅਰ ਜੇ ਆ ਗਏ ਅਤੇ ਹਰ ਇੱਕ ਇਨਸਾਨ ਨੂੰ ਐਂ ਲੱਗਦਾ ਵੀ ਯਾਰ ਮੈਂ ਤਾਂ ਬਣ ਗਿਆ, ਪਰ ਉਹਦੇ ਨਾਲ ਤੁਸੀਂ ਆਰਟਿਸਟ ਨਹੀਂ, ਤੁਸੀਂ ਮਤਲਬ ਜੇ ਤੁਸੀਂ ਐਕਟਰ ਹੋ, ਦੇਖੋ ਹਰ ਇੱਕ ਉਸਦੀ ਇੱਕ ਸਟੱਡੀ ਹੈ, ਠੀਕ ਹੈ, ਉਸੇ ਤਰ੍ਹਾਂ ਐਕਟਿੰਗ ਦੀ ਸਟੱਡੀ ਹੈ, ਇਹ ਆਈ ਨਹੀਂ ਹੈਗਾ ਵੀ ਉੱਠ ਕੇ ਜਾ ਕੇ ਜੇ ਤੁਸੀਂ ਮਤਲਬ ਇਹ ਜਦੋਂ ਫਿਰ ਕੈਮਰੇ ਦੇ ਮੂਹਰੇ ਆਉਂਦਾ ਨਾ ਬੰਦਾ, ਉਦੋਂ ਫਿਰ ਲੱਤਾਂ ਕੰਬਦੀਆਂ ਨੇਗੀਆਂ, ਉਦੋਂ ਪਤਾ ਲੱਗ ਜਾਂਦਾ ਵੀ ਯਾਰ ਹਜੇ ਕੱਚਾ ਹੈ, ਹੈ ਨਾ। ਸੋ ਐਕਟਿੰਗ ਦੀ ਸਟੱਡੀ ਕੀ ਹੈ, ਥੀਏਟਰ ਸਕੂਲ ਨੇ ਗੇ ਜਾਂ ਰੰਗ ਮੰਚ ਤੁਸੀਂ ਬਾਹਰ ਪਰਟੀਕੁਲਰਲੀ ਕਿਸੇ ਇਨਸਾਨ ਨਾਲ ਕਰ ਸਕਦੇ ਹੋ, ਜਾਂ ਯੂਨੀਵਰਸਿਟੀ ਦੇ ਵਿੱਚ ਸਟੱਡੀ ਹੈਗੀ, ਉਹ ਇਸੇ ਕਰਕੇ ਬਣਾਈਆਂ ਗਈਆਂ ਨੇ, ਜੇ ਉਹ ਜ਼ਰੂਰੀ ਨਾ ਹੁੰਦੀਆਂ ਤਾਂ ਐਗਜ਼ਿਸਟ ਨਾ ਕਰਦੀਆਂ। ਅਤੇ ਤੁਸੀਂ ਕਦੇ ਵੀ ਇਹ ਦੇਖ ਲਿਓ ਇੱਕ ਮੰਜੇ ਹੋਏ ਕਲਾਕਾਰ ਦੇ ਸਾਹਮਣੇ ਜਦੋਂ ਇੱਕ ਐਸਾ ਇਨਸਾਨ ਸਾਹਮਣੇ ਖੜਾ ਹੁੰਦਾ ਉਸਨੂੰ ਨਹੀਂ ਐਕਟਿੰਗ ਆਉਂਦੀ ਤਾਂ ਫੜਿਆ ਜਾਂਦਾ ਹੈਗਾ, ਉਸੇ ਤਰੀਕੇ ਨਾਲ ਜਦੋਂ ਇੱਕ ਸਿੰਗਰ ਜਿਸਨੇ ਮਤਲਬ ਰਿਆਜ਼ ਕਰਕੇ ਸਿੰਗਰ ਬਣਿਆ ਹੈਗਾ ਅਤੇ ਮੇਰੇ ਵਰਗਾ ਬਾਥਰੂਮ 'ਚ ਗਾ ਕੇ ਬਣਿਆ ਹੋਊਗਾ ਤਾਂ ਫਿਰ ਫੜਿਆ ਜਾਊਗਾ। ਥੈਂਕ ਯੂ ਸੋ ਮੱਚ ਸਰ, ਐਂਡ ਥੈਂਕ ਯੂ ਸੋ ਮੱਚ ਕਵੀ, ਥੈਂਕ ਯੂ ਸੋ ਮੱਚ ਅਜੇ ਜੀ, ਐਂਡ ਆਈ ਹੋਪ ਫੁਰਤੀਲਾ 26 ਅਪ੍ਰੈਲ ਨੂੰ ਜਦੋਂ ਸਿਨੇਮਾ ਘਰਾਂ ਦੇ ਵਿੱਚ ਆਵੇ, ਤੁਹਾਡਾ ਜਿੰਨੀ ਵੀ ਸਕਰੀਨ ਪ੍ਰੈਜੈਂਸ ਹੈ, ਬਿਕੋਜ਼ ਅਜੇ ਅਸੀਂ ਫਿਲਮ ਨਹੀਂ ਦੇਖੀ, ਵੀ ਡੋਂਟ ਨੋ ਕਿੰਨੀ ਸਕਰੀਨ ਪ੍ਰੈਜੈਂਸ ਹੋਣ ਵਾਲੀ ਹੈ, ਮੈਂ ਕਹਿੰਦੀ ਹਾਂ ਜਿੰਨੀ ਦੇਰ ਵੀ ਤੁਸੀਂ ਸਕਰੀਨ 'ਤੇ ਨਜ਼ਰ ਆਓ, ਜਦ ਵੀ ਨਜ਼ਰ ਆਓ, ਤਾਲੀਆਂ ਵਜਨ, ਹੂਟਿੰਗ ਹੋਵੇ ਐਂਡ ਵਿਸਲਿੰਗ ਹੋਵੇ ਤੁਹਾਡੇ ਲਈ, ਇਹ ਮੇਰੇ ਲਈ ਅੱਜ ਮੌਸਮ ਇੰਨਾ ਸੋਹਣਾ, ਮੈਂ ਕਹਿੰਦੀ ਹਾਂ ਮੇਰੇ ਵੱਲੋਂ ਦੂ ਮੇਰੇ ਮੂੰਹ 'ਚ ਸਰ, ਮੇਰੇ ਮੂੰਹ 'ਚ ਸਰਸਵਤੀ ਜੀ ਇਸ ਟਾਈਮ ਬੈਠੇ ਹੋਣ। ਅੱਛਾ ਇਹ ਵੀ ਕਿੰਨੀ ਗੱਲ ਹੈ ਕਿ ਆਪਾਂ ਅੱਜ ਕੱਲ੍ਹ, ਲਾਸਟ ਗੱਲ ਹੈ ਕਿ ਜਦੋਂ ਅਸੀਂ ਕਹਿੰਦੇ ਕਿ ਮੂੰਹ 'ਚ ਸਰਸਵਤੀ ਬੈਠੀ ਤਾਂ ਆਪਾਂ ਕਹਿੰਦੇ ਨਾ ਇਹ ਕਿ ਵਹਿਮ ਜਾਏਗਾ, ਲੇਕਿਨ ਉਹੀ ਜੇ ਆਪਾਂ ਕਹਿ ਦਈਏ ਮੈਨੀਫੈਸਟੇਸ਼ਨ ਤਾਂ ਕਿੰਨਾ ਕੂਲ ਬਣਦੇ ਆਪਾਂ, ਹੈ ਨਾ। ਅੱਜ ਦੇਖੋ ਉਹੀ ਗੱਲ ਹੈਗੀ, ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਹੈ ਨਾ, ਤੁਸੀਂ ਮਤਲਬ ਜੇ ਆਪਣੇ ਰੂਟਸ ਨਾਲ ਜੁੜੀ ਹੋਈਆਂ ਗੱਲਾਂ ਕਰਦੇ ਹੋ ਤਾਂ ਤੁਹਾਨੂੰ ਯਾਰ ਹਾਂ ਉਹੀ ਪੇਂਡੂ ਦੇਸੀ ਬੇਵਕੂਫ, ਇੱਕ ਹੋਰ ਸ਼ਬਦ ਹੁੰਦਾ ਪੰਜਾਬੀ 'ਚ ਆਪਾਂ, ਉਸ ਤੋਂ ਬਾਅਦ ਇੱਕ ਹੋਰ ਉਹ ਨਹੀਂ ਕਹਿੰਦਾ ਹੈਗਾ ਮੈਂ। ਅਤੇ ਜੇ ਤੁਸੀਂ ਉਹੀ ਸੇਮ ਗੱਲ ਇੰਗਲਿਸ਼ 'ਚ ਬੋਲੋਗੇ ਤਾਂ ਤੁਸੀਂ ਮਤਲਬ ਬੜੇ ਇੰਟੈਲੀਜੈਂਟ ਜੇ ਸਮਝ। ਮੈਨੀਫੈਸਟੇਸ਼ਨ ਕਰਨਾ ਇਸ ਸਕੂਲ, ਲੇਕਿਨ ਜੇ ਆਪਾਂ ਕਹਿੰਦੇ ਸਮੂਹ 'ਤੇ ਸਰਸਵਤੀ ਬੈਠੀ ਹੋਵੇ, ਹੈ ਨਾ, ਉਹ ਦੇਸੀ ਚੀਜ਼ ਹੈ। ਸੋ ਓਕੇ, ਥੈਂਕ ਯੂ ਸੋ ਮੱਚ ਫੋਰ ਲਾਈਕ ਸਾਡੇ ਨੂੰ ਟਾਈਮ ਦੇਣ ਲਈ, ਐਂਡ ਵਿਸ਼ ਯੂ ਆਲ ਦਾ ਵੈਰੀ ਬੈਸਟ ਫੋਰ 26 ਅਪ੍ਰੈਲ।
ਥੈਂਕ ਯੂ, ਵਿਸ਼ ਯੂ ਆਲ ਦਾ ਬੈਸਟ ਫੋਰ 26 ਅਪ੍ਰੈਲ। ਸੋ ਇਹ ਸੀ ਜੀ ਮੇਰੇ ਨਾਲ ਕਵੀ ਸਿੰਘ ਜੀ ਐਂਡ ਅਜੇ ਜੇਠੀ ਜੀ, ਜਿਨ੍ਹਾਂ ਦੀ ਫਿਲਮ ਆ ਰਹੀ ਹੈ ਜੀ 26 ਅਪ੍ਰੈਲ ਨੂੰ। ਜੱਸੀ ਗਿੱਲ ਜੀ ਮੁੱਖ ਕਿਰਦਾਰ ਅਤੇ ਉਹਦੇ ਵਿੱਚ ਨੇ, ਨਾਲੇ ਮਾਇਰਾ ਨੇ। ਤੁਸੀਂ ਫਿਲਮ ਨੂੰ 26 ਅਪ੍ਰੈਲ ਨੂੰ ਸਿਨੇਮਾ ਘਰ ਦੇ ਵਿੱਚ ਜਾ ਕੇ ਦੇਖਣਾ ਹੈ। ਪਲੀਜ਼ ਵੇਟ ਨਹੀਂ ਕਰਨੀ ਹੈ ਕਿ ਫਿਲਮ OTT 'ਤੇ ਜਾਂ ਫੋਨ ਦੇ ਵਿੱਚ ਆ ਜਾਏ, ਬਿਕੋਜ਼ ਆਰਟਿਸਟ ਲਈ, ਐਕਟਰ ਲਈ ਜੋ ਸਿਨੇਮਾ ਦੇ ਵਿੱਚ ਜਾ ਕੇ ਤੁਸੀਂ ਫਿਲਮ ਦੇਖਦੇ ਹੋ, ਉਹਦਾ ਜੋ ਮੁੱਲ ਪੈਂਦਾ ਨਾ, ਉਹ ਜੋ ਉਹਨਾਂ ਨੂੰ ਤੁਸੀਂ ਫਿਰ ਸਟੋਰੀਜ਼ ਪਾਉਂਦੇ ਹੋ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਸਟੋਰੀਜ਼ 'ਚ ਟੈਗ ਕਰਦੇ ਹੋ, ਉਹ ਜੋ ਮੁੱਲ ਦਾ ਸਵਾਦ ਆਉਂਦਾ ਨਾ, ਉਹ ਫੋਨਾਂ 'ਚ ਬਾਅਦ 'ਚ ਦੇਖ ਕੇ ਜਾਂ ਟੀ ਵੀ 'ਚ ਦੇਖ ਕੇ ਨਹੀਂ ਆਉਂਦਾ। ਸੋ 26 ਅਪ੍ਰੈਲ ਨੂੰ ਆ ਰਹੀ ਹੈ ਜੀ ਫੁਰਤੀਲਾ। ਕੈਮਰਾਮੈਨ ਸੁਨੀਲ ਦੇ ਨਾਲ ਮੈਂ ਆਕਾਂਕਸ਼ਾ ਸੋਢੀ, ਸਤਿ ਸ਼੍ਰੀ ਅਕਾਲ।